ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਆਏ ਹਾਂ ਪਿੰਡ ਦਿਉਣ, ਬਠਿੰਡੇ ਤੋਂ, ਜਿਹੜਾ 15 ਤੋਂ 20 ਕਿਲੋਮੀਟਰ ਦੂਰ ਹੈਗਾ। ਅਤੇ ਸਾਨੂੰ ਬਾਈ ਜੀ ਵੀਰ ਕਾਲ ਆਈ, ਕੀ ਨਾਮ ਵੀ ਤੁਹਾਡਾ? ਹਾਂ, ਮੇਰਾ ਨਾਂ ਲਵਪ੍ਰੀਤ ਸਿੰਘ ਹੈ ਜੀ। ਸਾਡਾ ਪਿੰਡ ਆਹੀ ਹੈਗਾ ਜੀ ਦਿਉਣ, ਸਾਡਾ ਵਾਟਰ ਵਾਸਤ ਦੇ ਨਾਲ ਹੀ ਘਰ ਹੈਗਾ ਜੀ ਸਾਹਮਣੇ। ਠੀਕ ਬਾਈ ਜੀ, ਸਾਨੂੰ ਕਾਲ ਆਈ ਸੀਗੀ ਵੀ ਘਰ ਕਮਰੇ 'ਚ ਸੱਪ ਹੈਗਾ, ਕਾਫੀ ਵੱਡਾ ਦੱਸਦੇ ਸੀ, ਕਾਫੀ ਚਿਰ ਦਾ ਡਰੇ ਹੋਏ ਸੀਗੇ। ਅਤੇ ਕਾਲ ਆਉਣ 'ਤੇ ਅਸੀਂ ਜਿੰਨੀ ਕੁ ਦੇਰ ਹੋ ਸਕਦੀ ਸੀ ਉਨੇ ਚਿਰ 'ਤੇ ਅਸੀਂ ਇੱਥੇ ਪਹੁੰਚੇ ਹਾਂ। ਅਤੇ ਦੇ ਸਕਦੇ ਹੋ ਤੁਸੀਂ ਘਰ ਦਾ ਸਮਾਨ ਪਿਆ ਹੈਗਾ, ਅਤੇ ਆਪਾਂ ਸੱਪ ਦੇਖਦੇ ਹੈ ਕਿਹੜਾ। ਸੱਪ ਜਿਹੜਾ ਹੈਗਾ ਵੀਰੇ ਰੈਡ ਸਨੇਕ ਹੈ, ਇੰਡੀਅਨ ਰੈਡ ਸਨੇਕ, ਜਿਹੜਾ ਬਿਲਕੁਲ ਵੀ ਜ਼ਹਿਰੀਲਾ ਨਹੀਂ ਹੁੰਦਾ। ਤੁਸੀਂ ਦੇਖ ਸਕਦੇ ਹੋ, ਇਹ ਆਮ ਘਰ ਲੋਕ ਘਰਾਂ ਵਿੱਚ ਖੇਤਾਂ ਦੇ ਵਿੱਚ ਇਹ ਖੇਤਾਂ ਕਰਕੇ ਘਰਾਂ ਦੇ ਵਿੱਚ ਆ ਜਾਂਦਾ ਚੂਹੇ ਖਾਣ ਵਗੈਰਾ, ਚੂਹੇ ਖਾਣ ਵਾਸਤੇ, ਅਤੇ ਆਪਾਂ ਨੂੰ ਇਹਨੂੰ ਰੈਸਕਿਊ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਇੰਡੀਅਨ ਰੈਡ ਸਨੇਕ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਘੋੜਾ ਪਛਾੜ ਵੀ ਕਹਿ ਦਿੰਦੇ, ਧਾਮਣ ਵੀ ਕਹਿ ਦਿੰਦੇ ਆ, ਤੇ ਆਪਾਂ ਰੈਸਕਿਊ ਕਰ ਲਿਆ ਹੈਗਾ। ਵੈਸੇ ਤਾਂ ਵੀਰੇ ਤੁਸੀਂ ਪਿੰਡ ਵਾਲੇ ਅੱਜ ਕੱਲ੍ਹ ਜ਼ਿਆਦਾਤਰ ਸੱਪ ਨੂੰ, ਵੈਸੇ ਜਿਹਨਾਂ ਨੂੰ ਨੌਲੇਜ ਨਹੀਂ ਹੁੰਦੀ, ਉਹ ਅੱਜ ਕੱਲ੍ਹ ਮਤਲਬ ਮਾਰ ਦਿੰਦੇ ਆ ਜ਼ਹਿਰੀਲਾ ਸਮਝ ਕੇ, ਪਰ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਵੀ ਬਿਲਕੁਲ ਵੀ ਜ਼ਹਿਰੀਲਾ ਨਹੀਂ ਹੈਗਾ। ਠੀਕ ਹੈ ਬਾਈ, ਬਿਲਕੁਲ ਵੀ ਜ਼ਹਿਰੀਲਾ ਨਹੀਂ ਹੈਗਾ। ਤੁਹਾਡੀ ਤੁਸੀਂ ਇਸ ਚੀਜ਼ ਨੂੰ ਬਹੁਤ ਵਧੀਆ ਕੀਤਾ, ਤੁਸੀਂ ਸਾਨੂੰ ਕਾਲ ਕੀਤਾ, ਸੱਪ ਦੀ ਜਾਨ ਬਚਾਈ, ਹੈ ਨਾ। ਨਹੀਂ ਤਾਂ ਅੱਜ ਕੱਲ੍ਹ ਪਿੰਡ ਵਾਲੇ ਉਹਨੂੰ ਮਾਰ ਦਿੰਦੇ ਹੁੰਦੇ ਆ, ਤੇ ਉਹ ਲੈ ਕੇ ਦੂਰ ਛੱਡਾਂਗੇ। ਸਹੀ ਤਰੀਕੇ ਨਾਲ ਆਪਾਂ ਉਹਨੂੰ ਰੈਸਕਿਊ ਕਰ ਲਿਆ ਹੈਗਾ, ਤੁਸੀਂ ਦੇਖ ਸਕਦੇ ਹੋ। ਓਕੇ।